ਆਪਾਂ ਇੱਕ ਵੀਡੀਓ ਦੇਖੀ ਸੀ ਜਿਹਦੇ ਵਿੱਚ ਮੁਹੰਮਦ ਅਲੀ ਮਿਰਜ਼ਾ ਸਾਹਿਬ ਕਹਿ ਰਹੇ ਸੀਗੇ ਸਾਇੰਸ ਅਤੇ ਕੁਰਾਨ ਦੇ ਬਾਰੇ ਜੋ ਕੁਝ ਫੈਕਟ ਸੀਗੇ ਉਹ ਸਾਹਮਣੇ ਆਪਾਂ ਨੂੰ ਦਿਖਾ ਰਹੇ ਸੀ ਕਿ ਕਿੱਦਾਂ ਜੋ ਕੁਰਾਨ ਨੇ ਇੰਨੇ ਟਾਈਮ ਪਹਿਲਾਂ ਕਹਿਤਾ ਉਹ ਮਤਲਬ ਸਾਇੰਸ ਹੁਣ ਜਿਹੜੀ ਹੈ ਆਪਾਂ ਨੂੰ ਰਿਸਰਚ ਕਰਕੇ ਦੱਸ ਰਹੀ ਹੈ। ਸੋ ਅੱਜ ਦੀ ਜਿਹੜੀ ਵੀਡੀਓ ਉਹ ਹੈਗੀ ਹੈ ਡਾਕਟਰ ਇਸਰਾਰ ਅਹਿਮਦ ਸਾਹਿਬ ਦੀ, 25-26 ਸਾਲ ਵੀਡੀਓ ਪੁਰਾਣੀ ਹੈ। ਦੇਖਦੇ ਹਾਂ ਕਿ ਉਹਨਾਂ ਦਾ ਕੀ ਮੰਨਣਾ ਸੀ ਇਸ ਟੌਪਿਕ 'ਤੇ। ਇੱਕ ਡਾਕਟਰ ਹੀ ਨੇ ਜਿਹੜੇ ਕਿ ਅੱਗੇ ਉਹਨਾਂ ਨੂੰ ਇੱਕ ਕੁਐਸਚਨ ਕਰ ਰਹੇ। ਸੋ ਅੱਜ ਦੇਖਦੇ ਹਾਂ। ਇਸ ਮੈਂ ਔਰ ਕੁਰਾਨ ਮੈਂ ਵੈਸੇ ਤੋਂ ਖੈਰ ਕੋਈ ਤਫਾਵਤ ਨਹੀਂ ਔਰ ਅਕਸਰ ਜੋ ਕੁਰਾਨ ਨੇ ਜੋ ਹਕਾਇਕ ਪਹਿਲੇ ਬਿਆਨ ਕੀ ਹੈ ਸਾਇੰਸ ਅਭੀ ਉਨਕੀ ਤਾਇਦ ਕਰ ਰਹੀ ਹੈ। ਲੇਕਿਨ ਇੱਕ ਤਫਾਵਤ ਜਾਂ ਫਰਕ ਬੜਾ ਵਾਜ਼ਿਹ ਹੈ ਜੋ ਮੁਝੇ ਅਕਸਰ ਖਟਕਦਾ ਰਹਿੰਦਾ ਹੈ ਕਿ ਇਸ ਵੀ ਅਗਰ ਆਪ ਤੁਸੀਂ ਕਰ ਸਕੇ। ਸਾਇੰਸ ਕੇ ਹਿਸਾਬ ਸੇ ਔਰ ਮੈਂ ਚੂੰਕਿ ਨਵਾਕਰ ਡਾਕਟਰ ਹੂੰ ਇਸ ਲਈ ਔਰ ਆਪ ਵੀ ਡਾਕਟਰ ਆਪ ਜਾਣਤੇ ਹੈ ਕਿ ਅੱਛਾਈ ਬੁਰਾਈ ਇਨਸਾਨ ਕਾ ਨਫਸ ਇਨਸਾਨ ਕੀ ਫਿਕਰ ਇਨਸਾਨ ਕੀ ਜੋ ਮੁਖਤਲਿਫ ਉਸ ਕੀ ਜਬਿਲਤੇ ਹੈ ਔਰ ਹਰ ਚੀਜ਼ ਹੈ ਉਹ ਸਭ ਕੁਛ ਦਿਮਾਗ ਮੇਂ ਹੈ। ਦਿਮਾਗ ਉਸਕੀ ਫਿਕਰ ਉਸਕੀ ਸੋਚ ਉਸਕੀ ਨਫ਼ਰਤ ਉਸਕੀ ਅੱਛਾਈ ਹਰ ਚੀਜ਼ ਜੋ ਸਭ ਚੀਜ਼ਾਂ ਜੋ ਹੈ ਦਿਮਾਗ ਮੇਂ ਹੈ ਔਰ ਇਹ ਸਾਇੰਸ ਤੇ ਬੜੀ ਅੱਛੀ ਤਰ੍ਹਾਂ ਵਾਜ਼ਿਹ ਕਰਦੀ ਹੈ ਇਸ ਮੈਂ ਆਪ ਕੋਈ ਸ਼ੱਕ ਕੀ ਗੁੰਜਾਇਸ਼ ਨਹੀਂ ਰਹੇਗੀ। ਸਹੀ ਹੈ। ਲੇਕਿਨ ਉਸਕੇ ਬਾਰਕਸ ਮਜ਼ਹਬ ਜੋ ਹੈ ਉਹ ਕਲਬ ਕੇ ਉੱਪਰ ਤਵੱਜਾ ਦੇਤਾ ਔਰ ਹਰ ਤਰ੍ਹਾਂ ਕਲਬ ਕਾ ਜ਼ਿਕਰ ਕੀਆ ਜਾਤਾ ਹੈ ਤੋ ਇਸ ਮੈਂ ਇਸ ਤਫਾਵਤ ਕਾ ਮੁਝੇ ਕੁਛ ਅਗਰ ਆਪ ਵਜ਼ਾਹਤ ਕਰ ਸਕੇ ਤਾਂ। ਤਸ਼ਰੀਫ਼ ਰੱਖੀਏ। ਬਹੁਤ ਅਹਿਮ ਸਵਾਲ ਹੈ ਔਰ ਸਾਹਿਲ ਵੀ ਕਿਉਂਕਿ ਬਹੁਤ ਪੜ੍ਹੇ ਲਿਖੇ ਹੈ, ਸਾਇੰਸਦਾਨ ਹੈ, ਉਸਤਾਦ ਹੈ, ਇਸ ਲਈ ਵੀ ਇਸ ਸਵਾਲ ਕੀ ਅਹਿਮੀਅਤ ਜ਼ਿਆਦਾ ਹੈ। ਦੇਖੀਏ, ਸਾਇੰਸ ਸਿਰਫ ਮਟੀਰੀਅਲ ਚੀਜ਼ਾਂ ਸੇ ਬਹਿਸ ਕਰ ਸਕਦੀ ਹੈ। ਵੋ ਚੀਜ਼ਾਂ ਜਿਨਕੀ ਹਕੀਕਤ ਮਟੀਰੀਅਲ ਨਹੀਂ ਹੈ, ਮਸਲਾ ਰੂਹ ਨਾਨ ਮਟੀਰੀਅਲ, ਕੋਈ ਮਟੀਰੀਅਲ ਸ਼ਾਇਦ ਨਹੀਂ ਹੈ। ਹਮਾਰਾ ਜਿਸਮ ਯੇ ਇੱਕ ਮੈਟਰ ਕਾ ਮਾਮਲਾ ਹੈ, ਵਰਲਡ ਆਫ ਮੈਟਰ ਸੇ ਮੁਤਾਲਿਕ ਹੈ। ਹਮਾਰੇ ਜਿਸਮ ਕੇ ਸਾਰੇ ਫੰਕਸ਼ਨ ਜੋ ਹੈ ਵੋ ਸਾਇੰਸ ਰਿਵੀਲ ਵੀ ਕਰ ਸਕਦੀ ਹੈ, ਡਿਸਕਸ ਵੀ ਕਰ ਸਕਦੀ ਹੈ, ਬਹਿਸ ਵੀ ਕਰ ਸਕਦੀ ਹੈ ਔਰ ਸਹੀ ਸਹੀ ਫੈਸਲੇ ਵੀ ਲੈ ਸਕਦੀ ਹੈ। ਲੇਕਿਨ ਇਹ ਬਾਤ ਮੈਨੇ ਬੜੀ ਵਜ਼ਾਹਤ ਕੇ ਸਾਥ ਬਿਆਨ ਕੀ ਹੈ, ਇਸਕੇ ਲੀਏ ਸ਼ਾਇਦ ਆਪਕੋ ਮੇਰੀ ਕੁਛ ਛੋਟੀ ਛੋਟੀ ਚੀਜ਼ਾਂ ਪੜ੍ਹਨੀ ਪੜੇਗੀ। ਕੁਰਾਨ ਮਜੀਦ ਕੇ ਮੁਤਾਬਿਕ ਜੋ ਮੁਝੇ ਮਾਲੂਮ ਹੁਆ ਵੋ ਯੇ ਹੈ ਕਿ ਇਨਸਾਨ ਔਰ ਹਕੀਕਤ ਇੱਕ ਕੰਪੋਜ਼ਿਟ ਬੀਂਗ ਹੈ, ਇਸ ਮੇਂ ਦੋ ਵਜੂਦ ਜਮਾ, ਇੱਕ ਮਟੀਰੀਅਲ ਹੈ ਜੋ ਹੈਵਾਨੀ ਹੈ, ਤੋ ਤਮਾਮ ਕੇ ਤਮਾਮ ਜਿਤਨੇ ਹੈਵਾਨੀ ਇੰਸਟਿੰਕਟਸ ਹੈ ਵੋ ਹਮਾਰੇ ਅੰਦਰ ਮੌਜੂਦ ਹੈ। ਖਾਣੇ ਕੋ ਚਾਹੀਏ ਔਰ ਜੋ ਵੀ ਜੋ ਐਨੀਮਲ ਇੰਸਟਿੰਕਟਸ ਹੈ, ਕੁਛ ਆਰਾਮ ਵੀ ਚਾਹੀਏ, ਕੁਛ ਬਕਾਏ ਨਸਲ ਜੋ ਹੈ ਤਸਲਸਲ ਕੇ ਲੀਏ ਵੋ ਵੀ ਕੁਛ ਚੀਜ਼ਾਂ ਰੱਖ ਦੀ ਗਈ ਹੈ ਵਗੈਰਾ ਵਗੈਰਾ, ਕੋਈ ਪੂਰਾ ਇਨਸਾਨ ਹੈ। ਲੇਕਿਨ ਇਨਸਾਨ ਨਿਰਾ ਹੈਵਾਨ ਨਹੀਂ ਹੈ, ਇਨਸਾਨ ਕੀ ਇੱਕ ਹਕੀਕਤ ਜੋ ਹੈ ਵੋ ਰੂਹਾਨੀ ਹੈ, ਉਸਕਾ ਤਾਲੁਕ ਵਰਲਡ ਆਫ ਮੈਟਰ ਕੇ ਸਾਥ ਨਹੀਂ ਹੈ ਔਰ ਵੋ ਦਰ ਹਕੀਕਤ ਮਟੀਰੀਅਲ ਸਾਇੰਸਿਸ ਕੀ ਜੋ ਦਰਿਆਫਤ ਹੈ ਉਸਕੀ ਜੋ ਵੀ ਰਿਸਰਚ ਹੈ ਉਸਕੇ ਫੀਲਡ ਮੇਂ ਆ ਰਹੀ ਹੈ। ਵੋ ਰੂਹ ਕਾ ਮਰਕਜ਼ ਦਰ ਹਕੀਕਤ ਕਾ ਨਹੀਂ ਹੈ, ਯੇ ਰੂਹ ਹੈ ਦਰ ਹਕੀਕਤ ਔਰ ਯੇ ਕੰਪਲੀਟ ਪਰਸਨੈਲਿਟੀ ਹੈ, ਇਨ ਇਟਸੈਲਫ ਇਨਵਿਜ਼ੀਬਲ ਹੈ, ਦੇਖੀ ਨਹੀਂ ਜਾ ਸਕਦੀ, ਲੇਕਿਨ ਯੇ ਹੈ ਕਿ ਯੇ ਦਰ ਹਕੀਕਤ ਔਰ ਇਸਕੀ ਤਖਲੀਕ ਹਮਾਰੇ ਇਨ ਜਿਸਮੋਂ ਕੀ ਤਖਲੀਕ ਸੇ ਬਹੁਤ ਪਹਿਲੇ ਹੋਈ ਥੀ, ਬਹੁਤ ਪਹਿਲੇ, ਯਾਨੀ ਜਿਸਕੋ ਕਿ ਯੇ ਕਹਤੇ ਹੈ ਬਿਗ ਬੈਂਗ। ਬਿਗ ਬੈਂਗ ਸੇ ਮੈਟਰ ਔਰ ਮਟੀਰੀਅਲ ਯੂਨੀਵਰਸ ਜੋ ਹੈ ਉਸਕਾ ਆਗਾਜ਼ ਹੁਆ ਹੈ। ਪ੍ਰਾਇਰ ਟੂ ਦੈਟ ਫਰਿਸ਼ਤੇ ਔਰ ਅਰਵਾਹ ਇਨਸਾਨੀਆਂ ਉਸਸੇ ਪਹਿਲੇ ਪੈਦਾ ਕੀਏ ਗਏ ਔਰ ਵੋ ਨੂਰ ਸੇ ਪੈਦਾ ਕੀਏ। ਇਨ੍ਹੀਂ ਦਿਨੋਂ ਮੇਂ ਮੈਨੇ ਹਦੀਸ ਕੇ ਦਰਸ ਕੇ ਜ਼ਮਨ ਮੇਂ ਵੀ ਇਸ ਸੀਨ ਮੇਂ ਯਾਦ ਕੀ, ਹਦੀਸ ਨੰਬਰ 4 ਜੋ ਹਰ ਬੜੀ ਨਬਵੀ ਮੇਂ ਹੈ। ਤੋ ਯੇ ਰੂਹ ਔਰ ਹੈਵਾਨ, ਔਰ ਹੈਵਾਨ ਮੇਂ ਜਿਸਮ ਕਾ ਉਸਕੇ ਸਾਥ ਜਾਨ ਵੀ, ਹੈਵਾਨ ਤਬ ਬਨਤਾ ਹੈ ਜਬਕਿ ਵੋ ਇਨਸਾਨ ਵੋ ਜੋ ਉਸਕਾ ਜਿਸਮ ਔਰ ਜਾਨ ਦੋਨੋਂ ਜਿਸਮ ਹੈ। ਆਮ ਮੁਗਾਲਤਾ ਹਮਾਰੇ ਯਹਾਂ ਯੇ ਹੈ ਕਿ ਯੇ ਰੂਹ ਕੇ ਮਾਨੀ ਹੈ ਜਾਨ ਨਹੀਂ, ਜਾਨ ਤੋ ਕੁੱਤੇ ਮੇਂ ਵੀ ਹੈ, ਬਿੱਲੇ ਮੇਂ ਵੀ ਹੈ, ਜਾਨ ਤੋ ਘਾਸ ਕਾ ਜੋ ਲਗਾ ਹੁਆ ਹੈ ਪੱਤਾ, ਅਗਰ ਵੋ ਕਟਾ ਹੁਆ ਨਹੀਂ ਆਪਣੀ ਜੜ ਸੇ, ਉਸਮੇਂ ਵੀ ਜਾਨ ਹੈ। ਤੋ ਜਾਨ ਤੋ ਆਪਕੋ ਮਾਲੂਮ ਹੈ ਹਰ ਸ਼ੈ ਕੇ ਅੰਦਰ ਮੌਜੂਦ ਹੈ। ਔਰ ਯੇ ਜੋ ਹਦੀਸ ਮੇਂ ਆਤਾ ਹੈ ਕਿ ਜਬ ਰਹਿਮੇ ਮਾਦਰ ਮੇਂ ਇਮਰੀਓ ਜੋ ਹੈ 120 ਦਿਨ ਕਾ ਹੋਤਾ ਹੈ ਤਬ ਉਸਮੇਂ ਰੂਹ ਫੂਕੀ ਜਾਂਦੀ, ਯਾਨੀ ਉਸਸੇ ਪਹਿਲੇ ਜੋ ਹੈ 120 ਦਿਨ ਤੋ ਕਿਆ ਵੋ ਬੇਜਾਨ ਥਾ। ਅੱਲਾਹ ਬਾਤ ਡਾਕਟਰ ਸਾਹਿਬ ਤੋਂ ਬੜ ਕਰ ਕੌਣ ਜਾਣੇਗਾ ਇਸਕੋ ਕਿ ਵੋ ਤੋ ਜੋ ਸਪਰਮੇਟੋਜ਼ੋਨ ਥਾ ਵੋ ਵੀ ਜਾਨਦਾਰ ਥਾ, ਜੋ ਓਵਮ ਆਇਆ ਥਾ ਮਾਂ ਕਾ ਫਲੋਪੀਅਨ ਟਿਊਬ ਕੇ ਅੰਦਰ ਵੋ ਵੀ ਜਾਨਦਾਰ ਥਾ, ਦੋਨੋ ਕੇ ਮਿਲਾਪ ਸੇ ਜ਼ਾਇਗੋਟ ਬਣਾ ਵੋ ਵੀ ਜਾਨਦਾਰ ਹੈ। ਔਰ ਯੇ ਇੱਕ ਜੋ ਹੈ ਨਸ਼ਵੋ ਨੁਮਾ ਪਾ ਰਹੀ ਹੈ ਚੀਜ਼
जो कि जिंदगी की सबसे बड़ी अलामत है, वो जो है 120 दिन तक उसने डेवलपमेंट की है, जिसको कुरान मजीद कहता है नुतफा है, फिर नुतफे के बाद जो है वो मुज़गा है, अलका है, इन सारी स्टेजेस के बाद फिर रूह फूंकी जाती है। वो रूह है दर हकीकत कि जो बहुत आगाज में पैदा कर दी गई थी और उसके बाद उसको एक नींद सुला दिया गया। उसके बाद जैसे जैसे रहम मादर के अंदर वो जनीन तैयार होता है तो 120 दिन के बाद उसकी रूह जो वहां मौजूद है पहले से, प्रायर एग्जिस्टेंस उसकी है, वो डॉक्टर को भूख दी जाती है। ये असल में हिस्सा दीन की हिकमत का ऐसा है जो आजकल आम तौर पर बिल्कुल निगाहों से ओझल हो गया। आमतौर पर तो हमारे अच्छे अच्छे उलमा और जदीद मुफक्किरीन खास तौर पर रूह के अलहदा वजूद ही के कायल नहीं। अब ये रूह का अगर अलहदा वजूद नहीं है तो आप देखिए सूरह आराफ के अंदर फरमाया कि तुम सब ने हमसे अहद किया था अलस्तु बिरब्बिकुम कालू बला, वो कौन थे सब? जाहिर बात है उस वक्त तो अभी तमाम इंसान तो एक वक्त में जमा नहीं हो सकते थे, वो तो ये कि उस वक्त जबकि वो अरवाह के आलम के अंदर पैदाइश हुई है सब के सब मौजूद थे, हजरत आदम की रूह से लेकर और आखिरी आदमी जो इंसान दुनिया में आएगा उसकी रूह, ये सब मौजूद थे। और उनसे सवाल हुआ अलस्तु बिरब्बिकुम और जवाब हुआ कालू बला। और फिर एक दिन आएगा कयामत के दिन, फिर तमाम नौ इंसानी फिर जमा होगी अल्लाह के हुजूर में और अल्लाह फरमाएगा सूरह कहफ के अल्फाज है लक़द जिअतुमूना कमा खलक़नाकुम अव्वला मर्रा, आ गए ना हमारे पास जैसे कि हमने तुम्हें पहली मर्तबा पैदा किया था। अब ये पहली मर्तबा की पैदाइश वो है जो आलम अरवाह में हुई है, दूसरी मर्तबा की पैदाइश वो है जो इस आलम मादी के अंदर, ये जो मटीरियल वर्ल्ड के अंदर पैदा हुई है, मेरी पैदाइश 76 बरस पहले हुई है, उससे पहले मेरे इस जिस्म का वजूद कोई नहीं था, मेरी रूह मौजूद थी अगर थे वो एक जगह पर अल्लाह ताला के हाँ एक किसी स्टोर के अंदर थी लेकिन मौजूद थी। तो दिल असल में मरकज है रूह का और रूह एक कंप्लीट इंडिपेंडेंट पर्सनैलिटी है, इसका ताकुल भी है, ये देखती भी है बगैर इन आंखों के, देखती है रूह बराह रात देखती है, रूह जो है वो बराह रात सुनती है। और आज हमारे यहाँ डॉक्टर साहब भी इसकी दायित्व करेंगे जो एक्स्ट्रा सेंसरी परसेप्शन का तस्वुर आया वो कहां से आया? हम तो जानते थे कि पांच ही हवा से खमसा है, उन्हीं से इंसान जो है परसेप्शन होती है, तो या तो बसारत है या समाअत है या टच है या स्मेल है, यही टेस्ट है, यही है, यही हवा से खमसा हमेशा से चले आ रहे हैं, ये एक्स्ट्रा सेंसरी परसेप्शन कहां से आया? तो मालूम हुआ कि अब तस्दीक किया जा रहा है कि कुछ है सही चैनल्स दूसरे भी जो इनविजिबल चैनल्स हैं और इनका ताल्लुक जो है वो दिल के साथ है, और दिल जो है वो दर हकीकत वो है मकाम रूह का। तो ये रूह और जिस्म या हैवान मिलकर साथ, मतलब जो इन्हें दिए ये एक्सप्लेनेशन ही ना, आई एम रियली इंप्रेस्ड के इन्होंने बड़े सोहने ढंग के नाल ये सारिया चीज़ा बयान की। देखो भी इत जी वीडियो सुनने तो बाद आपू वैसे भी पता कि साइंस ने जिनी मर्जी तरक्की कर ली हो पर जड़ा आ वाला टॉपिक है ना ये तो मतलब हजे तक साइंस कोई जवाब नहीं है। लाइक जिदा डॉक्टर साहब ने कहा कि जो मटेरियलिस्टिक चीज़ आ दुनिया के कुछ भी है जो भी है वो बारे जोड़ा साइंस है वो आपू दस सकती है, आप बारे उन्होंने बहस कर सकते हैं, लेकिन जो नॉन मटीरियल है वह की वो बारे साइंस को कोई जवाब नहीं गा। एट द अदर हैंड एक होर तुम्हें सिमिलर चीज़ दसदा सारे धर्मों के यही है आत्मा रूह, क्योंकि सारे धर्मों के चीज़ मनी जाती है कि इंसान की एक रूह होंगी है, जदों बंदा मर जाता ये दुनिया छड़ के चल जाता वो बॉडी काम करना बंद कर जाती है तो वह जी रूह आ उसकी बॉडी चो निकल के कित होर चल जाती है, ठीक है, जितों आई सी उत्थे चल गई। सो मतलब एक इदा टॉपिक है जिदे ते मेरे ख्याल सारे धर्म एग्री करते हैं एंड इन्ना पक्का विश्वास है ना इस चीज़ पर कि साइंस कोई भी दलील भी नहीं दे सकती इस चीज़ पर, ठीक है, क्योंकि दुनिया में हर धर्म लगभग यह चीज़ हैगी है एंड सारे कहते हैं कि जो रूह है वो अमर है, ठीक है, एंड जो कुछ कोई अथीस्ट ने जां कुछ बाली सूझवान बंदे है, ठीक है, उन्हां दी अपनी अपनी एक्सप्लेनेशन है इस चीज़ नूं लैके, कोई इहनूं टाइप ऑफ एनर्जी मानता है कि एक एनर्जी है, ठीक है, एंड वो एनर्जी रूप बदलती है, वो जिसम बदल लैंदी है
ਲੇਕਿਨ ਉਹ ਕੋਈ ਉੱਦਾਂ ਦੀ ਰੂਹ ਨਹੀਂ ਹੈ ਕਿ ਹਾਂ ਜਿੱਦਾਂ ਲਾਈਕ ਇਹਨਾਂ ਨੇ ਕਿਹਾ ਕਿ ਉਹਨਾਂ ਦੀਆਂ ਰੂਹ ਦੀਆਂ ਅੱਖਾਂ ਨਹੀਂ ਗੀਆਂ, ਲੇਕਿਨ ਫਿਰ ਵੀ ਉਹ ਦੇਖਦੀ ਹੈ, ਉਹਦੇ ਕੰਨ ਨਹੀਂ ਹੈ ਫਿਰ ਵੀ ਉਹ ਸੁਣਦੀ ਹੈ। ਲੇਕਿਨ ਜੋ ਆਪਾਂ ਟੀਵੀਆਂ ਦੇ ਵਿੱਚ ਦੇਖਦੇ ਹਾਂ ਉਹ ਤਾਂ ਇੱਕ ਇਨਸਾਨੀ ਆਕਾਰ ਹੁੰਦਾ ਰੂਹ ਦਾ, ਹੈ ਨਾ, ਟਰਾਂਸਪੇਰੈਂਟ ਦਿਖਾਉਂਦੇ ਆ ਕਿ ਚਲੋ ਜੀ ਇਹ ਆਤਮਾ। ਪਰ ਕਹਿੰਦੇ ਨਹੀਂ, ਇੱਦਾਂ ਦਾ ਨਹੀਂ ਗਾ। ਹੁਣ ਰੂਹ ਕਿਸੇ ਨੇ ਦੇਖੀ ਤਾਂ ਹੈ ਨਹੀਂ, ਆਪਾਂ ਦੇਖੀ ਕਿਹੜੀ ਹੈ, ਸਾਰਿਆਂ ਨੇ ਉਹੀ ਦੇਖੀ ਹੈ ਕਿ ਜਿਹਦੀਆਂ ਦੋ ਅੱਖਾਂ ਸਾਰਾ ਬਸ ਟਰਾਂਸਪੇਰੈਂਟ ਹੈ ਉਹਨੂੰ ਰੂਹ ਬਣਾਇਆ ਹੋਇਆ, ਠੀਕ ਹੈ। ਲਾਈਕ ਸਭ ਨੇ ਇਹੀ ਬਣਾਇਆ ਨਾ, ਕਈ ਜਣੇ ਬਾਬੇ ਵੀ ਬੜੇ ਆ ਜਿਹੜੀਆਂ ਕਈਆਂ 'ਚੋਂ ਰੂਹਾਂ ਕੱਢਦੇ ਆ ਅਤੇ ਕਈ ਕੱਢ ਕੇ ਕਿਸੇ 'ਚ ਪਾ ਦਿੰਦੇ ਆ, ਮਤਲਬ ਇਹ ਆਲ ਦੈਟ ਸਾਰਾ ਕੁਝ ਚੱਲਦਾ ਰਹਿੰਦਾ, ਸਭ ਦੇ ਘਰ ਚੱਲ ਰਹੇ ਆ ਇੱਦਾਂ ਹੀ, ਦੁਕਾਨਾਂ ਚੱਲ ਰਹੀਆਂ। ਅਤੇ ਪਰ ਜੋ ਇਹਦਾ ਮੈਨੂੰ ਲੱਗਦਾ ਨਹੀਂ ਕਿ ਪਾਰ ਕਦੇ ਕੋਈ ਵੀ ਬੰਦਾ ਇਹਨੂੰ ਪਾਰ ਕਰ ਸਕਦਾ ਇਸ ਚੀਜ਼ ਨੂੰ, ਕਿਉਂਕਿ ਜੋ ਅੱਲਾਹ ਤਾਲਾ ਨਾ, ਜੋ ਰੱਬ ਆ, ਉਹਨੇ ਬਈ ਆਪਦੇ ਹੱਥ 'ਚ ਰੱਖਿਆ ਹੋਇਆ ਸਾਰਾ ਕੁਛ। ਹੁਣ ਜਿਵੇਂ ਇੱਕ ਵੱਡਾ ਬਿਜ਼ਨਸਮੈਨ ਹੁੰਦਾ, ਜੇ ਉਹਨੇ ਆਪਦੀ ਇੱਕ ਚੀਜ਼ ਹੀ ਸਾਰਿਆਂ ਸਾਹਮਣੇ ਖੋਲ੍ਹ ਕੇ ਰੱਖਤੀ ਤਾਂ ਉਹਦੀ ਇੰਪੋਰਟੈਂਸ ਕੀ ਰਹਿ ਗਈ। ਹੁਣ ਜੇਕਰ ਰੱਬ ਨੇ, ਜੇ ਤੁਸੀਂ ਰੱਬ ਨੂੰ ਸਾਇੰਸ ਨੇ ਮਤਲਬ ਇੰਨਾ ਠੀਕ ਹੈ, ਜੋ ਚੀਜ਼ਾਂ ਹੱਦ ਤੱਕ ਰੱਬ ਨੇ ਜੋ ਅਲਾਓ ਕੀਤੀਆਂ ਉਹ ਸਾਇੰਸ ਨੇ ਦੱਸਤੀਆਂ, ਪਰ ਆਪਾਂ ਤਾਂ ਕਠਪੁਤਲੀ ਹੈ, ਆਪਾਂ ਤਾਂ ਮਤਲਬ ਕੁਛ ਵੀ ਨਹੀਂ ਗਏ ਰੱਬ ਅੱਗੇ। ਸੋ ਇਹ ਚੀਜ਼ਾਂ ਜਿਹੜੀਆਂ ਸ਼ੁਰੂ ਤੋਂ ਮੰਨੀਆਂ ਜਾ ਰਹੀਆਂ ਸਾਰੇ ਧਰਮਾਂ ਦੇ ਵਿੱਚ ਕਿ ਰੂਹ ਹੁੰਦੀ ਹੈ, ਲੇਕਿਨ ਸਾਇੰਸ ਦੇ ਕੋਲ ਇਹਦਾ ਕੋਈ ਜਵਾਬ ਨਹੀਂ ਹੈਗਾ। ਚਾਹੇ ਜੋ ਅਲੱਗ ਅਲੱਗ ਫੈਕਟ ਦੇ ਆਧਾਰ 'ਤੇ ਗੱਲਾਂ ਜ਼ਰੂਰ ਕਰੀ ਜਾਣ, ਲੇਕਿਨ ਕੋਈ ਠੋਸ ਐਂਡ ਸੱਚੀ ਗੱਲ ਜਿਹੜੀ ਲੱਗ ਸਕੇ ਸਾਰੀ ਦੁਨੀਆ ਨੂੰ, ਉਹ ਮੇਰੇ ਕੋਲ ਹੈ ਨਹੀਂ ਜਵਾਬ। ਇਹ ਸੀ ਗਾਈਜ਼ ਅੱਜ ਦੀ ਵੀਡੀਓ। ਡਾਕਟਰ ਸਾਹਿਬ ਬਹੁਤ ਹੀ ਸੋਹਣੀ ਵੀਡੀਓ ਸੀ ਯਾਰ, ਮਤਲਬ ਇਹਨਾਂ ਨੇ ਬੜੇ ਸੋਹਣੇ ਢੰਗ ਨਾਲ ਬਿਆਨ ਕੀਤਾ ਕਿ ਕਿੱਦਾਂ 120 ਦਿਨ ਜਿਹੜਾ ਬੱਚਾ ਹੈ ਮਾਂ ਦੇ ਪੇਟ ਵਿੱਚ ਰਹਿੰਦਾ ਅਤੇ ਉਹਦੇ ਵਿੱਚ ਜਾਨ ਨਹੀਂ ਹੁੰਦੀ, ਫਿਰ ਉਹ 'ਚ ਜਾਨ ਪਾ ਦਿੰਦੇ ਆ, ਲਾਈਕ ਜਿਵੇਂ ਇੱਕ ਜਾਨ ਕਿਤੇ ਪਈ ਹੁੰਦੀ ਹੈ ਅਤੇ ਜਦੋਂ ਉਹਦਾ ਟਾਈਮ ਆਉਂਦਾ ਜਾਨ ਉਹਨੂੰ ਭੇਜ ਦਿੰਦੇ ਆ ਅਤੇ ਉਹਦੇ ਵਿੱਚ ਪਾ ਦਿੰਦੇ ਆ, ਮਤਲਬ ਲਾਈਕ ਯਾਰ ਸੀਰੀਅਸਲੀ ਜਦੋਂ ਇਹ ਚੀਜ਼ਾਂ ਸੋਚਦੇ ਆ ਨਾ ਤਾਂ ਦਿਮਾਗ ਚਕਰਾ ਜਾਂਦਾ। ਆਪਣੀ ਬਾਡੀ ਇੱਕ ਇਹੋ ਜਿਹਾ ਸਿਸਟਮ ਹੈ ਜਿਹੜਾ ਮਤਲਬ ਕਿ ਕਦੇ ਵੀ ਕੋਈ ਸਾਇੰਸ ਬਣਾ ਨਹੀਂ ਸਕਦੀ ਇਹੋ ਜਿਹਾ ਕੋਈ ਜੀਵ। ਆਪਣਾ ਇੱਕ ਪੂਰੀ ਬਾਡੀ ਇੱਕ ਵਰਲਡ ਹੈ, ਇੱਕ ਯੂਨੀਵਰਸ ਹੈ ਆਪਣੇ ਆਪ ਵਿੱਚ। ਪਤਾ ਨਹੀਂ ਕਿੰਨੇ ਕੁ ਜੀਵ ਆਪਣੇ ਵਿੱਚ ਰਹਿੰਦੇ ਆ, ਆਪਣੀ ਸਕਿਨ ਦੇ, ਆਪਣੇ ਫੇਸ 'ਤੇ ਪਤਾ ਨਹੀਂ ਕਿੰਨੇ ਕੁ ਜੀਵ ਰਹਿੰਦੇ ਆ। ਤੁਸੀਂ ਕਦੇ ਸਰਚ ਕਰਕੇ ਦੇਖਿਓ, ਤੁਹਾਨੂੰ ਸਭ ਕੁਝ ਪਤਾ ਲੱਗ ਜਾਣਾ। ਸੋ ਇਹ ਅਨੰਤ ਚੀਜ਼ਾਂ, ਆਪਾਂ ਇਹਦਾ ਭੇਦ ਨਹੀਂ ਪਾ ਸਕਦੇ। ਔਸਮ ਮੈਨ, ਇਹ ਸੀ ਅੱਜ ਦੀ ਵੀਡੀਓ ਗਾਈਜ਼। ਤੁਹਾਨੂੰ ਤਾਂ ਲੱਗੀ ਦੱਸੋ ਕਮੈਂਟ ਕਰਕੇ। ਜਾਣ ਤੋਂ ਪਹਿਲਾਂ ਚੈਨਲ ਸਬਸਕ੍ਰਾਈਬ ਪੱਕਾ ਕਰਿਓ, ਸ਼ੇਅਰ ਕਰਿਓ ਵੀਡੀਓ ਨੂੰ। ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ। ਸਤਿ ਸ਼੍ਰੀ ਅਕਾਲ।